ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ। ਬੀਤੇ ਕੱਲ੍ਹ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜਿਹੜਾ ਰਿਜ਼ਲਟ 12ਵੀਂ ਕਲਾਸ ਦਾ ਅਨਾਊਂਸ ਕੀਤਾ ਗਿਆ, ਜਿਹਦੇ ਵਿੱਚ ਸਰਕਾਰੀ ਸਮਾਰਟ ਸੀਨੀਅਰ ਸੈਕੈਂਡਰੀ ਸਕੂਲ ਮੱਲਾ ਵਾਲਾ ਖਾਸ ਦੇ 3 ਬੱਚੇ ਜਿਹੜਾ ਮੈਰਿਟ ਦੇ ਵਿੱਚ ਆਏ ਆ, ਪੰਜਾਬ ਦੀ ਮੈਰਿਟ ਵਿੱਚ ਆਏ ਆ। ਮੇਰੇ ਨਾਲ ਉਹ ਬੱਚੇ ਵੀ ਨੇ ਔਰ ਬੱਚਿਆਂ ਦੇ ਜਿਹੜੇ ਇੱਥੇ ਸਕੂਲ ਦੇ ਪ੍ਰਿੰਸੀਪਲ ਆ ਔਰ ਨਾਲ ਟੀਚਰ ਸਾਹਿਬਾਨ ਨੇ। ਸਭ ਤੋਂ ਪਹਿਲਾਂ ਅਸੀਂ ਮੁਬਾਰਕਾਂ ਦਿੰਦੇ ਹਾਂ ਸਾਰੇ ਸਕੂਲ ਨੂੰ ਔਰ ਇੱਥੋਂ ਦੇ ਪ੍ਰਿੰਸੀਪਲ ਨੂੰ, ਖਾਸ ਤੌਰ 'ਤੇ ਬੱਚਿਆਂ ਨੂੰ ਔਰ ਬੱਚਿਆਂ ਦੇ ਮਾਪਿਆਂ ਨੂੰ। ਅਸੀਂ ਬੱਚਿਆਂ ਦੇ ਨਾਲ ਗੱਲਬਾਤ ਵੀ ਕਰਾਵਾਂਗੇ ਔਰ ਇੱਥੋਂ ਦੇ ਪ੍ਰਿੰਸੀਪਲ ਸਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਖਾਸ ਗੱਲਾਂ ਰਹੀਆਂ, ਕਿਹੜੀਆਂ ਗੱਲਾਂ ਨੂੰ ਲੈ ਕੇ ਜਿਹੜਾ ਇਹ ਵੱਡੀ ਪ੍ਰਾਪਤੀ ਹੋਈ ਹੈ। ਬੇਟਾ ਸਤਿ ਸ਼੍ਰੀ ਅਕਾਲ, ਔਰ ਕੀ ਨਾਂ ਤੁਹਾਡਾ, ਕੀ ਕਹਿਣਾ ਚਾਹੋਗੇ ਮੈਟ 'ਚ ਆਏ? ਮੇਰਾ ਨਾਮ ਅਮਿਤੋਜ ਕੌਰ ਹੈ ਅਤੇ ਮੈਂ ਸਾਇੰਸ ਸਟਰੀਮ ਵਿੱਚ 97.2% ਮਾਰਕਸ ਆਏ ਆ। ਅੱਗੇ ਮੇਰਾ ਫਿਊਚਰ ਪਲਾਨ ਵੀ ਮੈਡੀਕਲ ਸਟਰੀਮ ਵਿੱਚ ਸਟੱਡੀ ਕਰਨ ਦਾ ਹੀ ਹੈ। ਠੀਕ ਹੈ, ਮਕਸਦ ਜ਼ਿੰਦਗੀ ਦਾ ਕੀ ਹੈ, ਜਿਹੜਾ ਤੁਸੀਂ ਅਚੀਵਮੈਂਟ ਕੀਤੀ ਹੈ, ਜਿਹੜੀ ਮੈਰਿਟ ਆਈ ਹੈ ਤੁਹਾਡੀ ਬੋਰਡ ਦੇ ਵਿੱਚ, ਉਹ ਕੀ ਕਹਿਣਾ ਇਸ ਦੇ ਬਾਰੇ? ਇਸ ਦੇ ਬਾਰੇ ਸਭ ਤੋਂ ਜ਼ਿਆਦਾ ਤਾਂ ਸਾਰੇ ਟੀਚਰਸ ਦਾ ਯੋਗਦਾਨ ਰਿਹਾ, ਸਾਡੇ ਹਾਰਡਵਰਕ ਤੋਂ ਜ਼ਿਆਦਾ ਟੀਚਰਸ ਨੇ ਕੋਆਪਰੇਟ ਕੀਤਾ ਹੈ। ਸਕੂਲ ਟਾਈਮ ਤੋਂ ਅੱਗੋਂ ਪਿੱਛੋਂ ਵੀ ਹਮੇਸ਼ਾ ਸਾਡੇ ਸਾਰੇ ਡਾਊਟਸ ਕਲੀਅਰ ਕੀਤੇ, ਅਤੇ ਸਕੂਲ ਦਾ ਸਿਸਟਮ ਬਹੁਤ ਵਧੀਆ ਹੈ। ਪ੍ਰਾਈਵੇਟ ਨਾਲੋਂ ਵੀ ਕਈ ਲੋਕਾਂ ਦਾ ਵਹਿਮ ਹੁੰਦਾ ਕਿ ਗਵਰਨਮੈਂਟ ਸਕੂਲ ਦੇ ਅੰਦਰ ਇੰਨਾ ਵਧੀਆ ਨਹੀਂ ਸਿਸਟਮ ਹੁੰਦਾ, ਪਰ ਇਹ ਚੀਜ਼ ਅਸੀਂ ਮਹਿਸੂਸ ਕੀਤੀ ਕਿ ਗਵਰਨਮੈਂਟ ਸਕੂਲ ਦਾ ਬਹੁਤ ਵਧੀਆ ਸਾਰਾ ਸਿਸਟਮ ਹੈ। ਹੋਰ ਬੱਚਿਆਂ ਨੂੰ ਕੀ ਪ੍ਰੇਰਿਤ ਕਰੋਗੇ, ਕੀ ਕਹਿਣਾ ਚਾਹੋਗੇ? ਇਹੀ ਕਿ ਸਰ ਹਾਰਡਵਰਕ ਕਰਨਾ ਹੈ, ਟੀਚਰਸ ਤਾਂ ਆਪਣੇ ਵੱਲੋਂ ਪੂਰਾ ਕਰਦੇ ਹੀ ਹੈ, ਪਰ ਬੱਚੇ ਨੂੰ ਵੀ ਆਪਣਾ ਪੂਰਾ ਹਾਰਡਵਰਕ ਕਰਨਾ ਚਾਹੀਦਾ। ਠੀਕ ਹੈ, ਬੈਠੋ। ਮੇਰਾ ਨਾਮ ਕੁਲਜੀਤ ਕੌਰ ਹੈ ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਮੈਰਿਟ 'ਚ ਆਈ ਹਾਂ ਅਤੇ ਮੇਰੇ 97.6% ਮਾਰਕਸ ਆਏ ਨੇ। ਅਤੇ ਅੱਗੇ ਮੈਂ ਸਾਰਿਆਂ ਨੂੰ ਇਹੀ ਕਹਿੰਦੀ ਹਾਂ ਕਿ ਸਾਡੀ ਜਿਹੜੀ ਮੈਰਿਟ ਦਾ ਜਿਹੜਾ ਕ੍ਰੈਡਿਟ ਹੈ ਉਹ ਸਾਡੇ ਨਾਲੋਂ ਜ਼ਿਆਦਾ ਸਾਡੇ ਟੀਚਰਸ ਨੂੰ ਜਾਂਦਾ ਹੈ। ਟੀਚਰਸ ਨੇ ਮਤਲਬ ਬਹੁਤ ਜ਼ਿਆਦਾ ਹਾਰਡਵਰਕ ਕੀਤਾ ਆ, ਸਾਡੇ ਨਾਲੋਂ ਜ਼ਿਆਦਾ ਕੀਤਾ ਆ। ਸੋ ਮੈਂ ਅੱਗੇ ਵੀ ਸਟੂਡੈਂਟਸ ਨੂੰ ਇਹੀ ਕਹੂੰਗੀ ਕਿ ਟੀਚਰ ਤਾਂ ਗਾਈਡ ਕਰਦੇ ਨੇ, ਬਾਕੀ ਆਪਾਂ ਅੱਗੇ ਉਹਨਾਂ ਨੂੰ ਕਿਵੇਂ ਫੋਲੋ ਕਰਨਾ ਹੈ। ਪੇਰੈਂਟਸ ਦਾ ਰਿਐਕਸ਼ਨ ਕੀ ਸੀ ਜਾਂ ਟੀਚਰਸ ਦਾ ਰਿਐਕਸ਼ਨ ਕੀ ਸੀ ਜਦੋਂ ਤੁਸੀਂ ਮੈਟ ਦੇ ਵਿੱਚ ਆਏ? ਪੇਰੈਂਟਸ ਬਹੁਤ ਖੁਸ਼ ਸੀਗੇ ਐਂਡ ਟੀਚਰਸ ਵੀ ਬਹੁਤ ਖੁਸ਼ ਸੀਗੇ। ਠੀਕ ਹੈ, ਤੇ ਮੈਂ ਵੀ ਬਹੁਤ ਖੁਸ਼ ਹੋਈ ਹੈ ਜਾਣ ਕੇ ਕਿ ਮੈਂ ਮੈਰਿਟ 'ਚ ਆਈ। ਠੀਕ ਹੈ ਜੀ, ਅੱਗੇ ਕੀ ਬਣਨਾ ਬੇਟਾ, ਕੀ ਸੁਪਨਾ ਕੀ ਹੈ? ਅੱਗੇ ਮੈਂ ਟੀਚਿੰਗ ਲਾਈਨ 'ਚ ਜਾਊਂਗੀ। ਠੀਕ ਹੈ ਜੀ, ਮੇਰਾ ਨਾਮ ਪਰਮਜੀਤ ਕੌਰ ਹੈ ਅਤੇ ਮੈਂ ਆਰਟਸ ਦੇ ਵਿੱਚੋਂ 97.6 ਮਾਰਕਸ ਲਏ ਹੋਏ ਆ। ਅਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਹਰ ਸਟੂਡੈਂਟ ਨੂੰ ਆਪਣਾ ਜਿਹੜਾ ਟਾਈਮ ਇਹ ਵਾਲਾ ਸਟੂਡੈਂਟ ਲਾਈਫ ਵਾਲਾ ਹੈ ਇਹਨੂੰ ਸਾਂਭਣਾ ਚਾਹੀਦਾ, ਇਹਨੀ ਮਿਹਨਤ ਕਰਨੀ ਚਾਹੀਦੀ ਆ, ਕਿਉਂਕਿ ਟਾਈਮ ਦੁਬਾਰਾ ਨਹੀਂ ਆਉਣਾ, ਕਿਉਂਕਿ ਇਹ ਟਾਈਮ ਤੁਹਾਨੂੰ ਅੱਗੇ ਲੈ ਕੇ ਜਾਏਗਾ। ਤੁਸੀਂ ਅੱਗੇ ਕੀ ਚਾਹੁੰਦਾ ਕਰਨਾ, ਕੀ ਇਹਦੇ ਮਾਪਿਆਂ ਨੂੰ ਕਿ ਮੈਨੂੰ ਕਿੱਦਾਂ ਵਧੀਆ ਉਹਨਾਂ ਨੂੰ ਜੀਵਨ ਦੇਣਾ ਹੈ ਇਹ ਡਿਪੈਂਡ ਕਰਦਾ ਹੈ। ਅਤੇ ਮੇਰੇ ਟੀਚਰ ਨੇ ਬਹੁਤ ਮਿਹਨਤ ਕੀਤੀ ਹੈ, ਉਹੀ ਇੱਕ ਸਭ ਸਾਡਾ ਸੁਪਨਾ ਉਹਨਾਂ ਨੇ ਪੂਰਾ ਕੀਤਾ ਹੈ। ਠੀਕ ਹੈ, ਅਤੇ ਬਾਕੀ ਮਿਹਨਤ ਕਰਦੇ ਰਹੋ। ਤੇ ਪੇਰੈਂਟਸ ਦਾ ਤੁਹਾਡਾ ਕੀ ਰਿਐਕਸ਼ਨ ਸੀ, ਤੁਹਾਨੂੰ ਪਤਾ ਕਿਵੇਂ ਲੱਗਾ, ਨੈਟ ਤੋਂ ਪਤਾ ਲੱਗਾ ਜਾਂ ਸਕੂਲ 'ਚੋਂ ਪਤਾ ਲੱਗਾ, ਕਿਹਨੇ ਫੋਨ ਕੀਤਾ ਸੀ? ਸਰ ਨੇ ਗਰੁੱਪ 'ਚ ਮੈਸੇਜ ਪਾਇਆ ਸੀ, ਫਿਰ ਮੈਂ ਸਰ ਨੂੰ ਫੋਨ ਕੀਤਾ, ਸਰ ਨੇ ਮੁਬਾਰਕਾਂ ਦਿੱਤੀਆਂ। ਠੀਕ ਹੈ, ਅਤੇ ਪੇਰੈਂਟਸ ਬਹੁਤ ਖੁਸ਼ ਹੋਏ ਆ, ਉਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਖੁਸ਼ੀ ਹੋਈ, ਦੱਸ ਨਹੀਂ ਸਕਦੇ ਕਿ ਕਿੰਨੀ ਖੁਸ਼ੀ। ਰਿਸ਼ਤੇਦਾਰਾਂ ਨੇ ਵਧਾਈਆਂ ਦਿੱਤੀਆਂ, ਫੋਨ ਕੀਤਾ ਜੀ? ਹਾਂਜੀ, ਰਿਸ਼ਤੇਦਾਰਾਂ ਸਾਰਿਆਂ ਨੇ, ਆਂਢ ਗੁਆਂਢ ਸਾਰਿਆਂ ਨੇ ਮੈਨੂੰ ਕਿਹਾ ਅਤੇ ਮੈਨੂੰ ਬਹੁਤ ਚੰਗਾ ਲੱਗਿਆ। ਸੋ ਮੇਰੇ ਨਾਲ ਇਸ ਸਕੂਲ ਦੇ ਜਿਹੜੇ ਪ੍ਰਿੰਸੀਪਲ ਵੀ ਮੌਜੂਦ ਨੇ, ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ, ਮੁਬਾਰਕਾਂ ਜੀ ਤੁਹਾਨੂੰ, ਜਿਹੜੇ ਬੱਚੇ 3 ਜਿਹੜੇ ਬੱਚੇ ਮੈਰਿਟ 'ਚ ਆਏ, ਔਰ ਅਸੀਂ ਲਗਾਤਾਰ ਅੱਗੇ ਵੀ ਕਵਰੇਜ ਕਰਦੇ ਰਹੇ ਨੇ ਇਸ ਸਕੂਲ ਦੀ, ਬੜੀਆਂ ਮਾਣਮੱਤੀਆਂ ਇਸ ਸਕੂਲ ਦੀਆਂ ਪ੍ਰਾਪਤੀਆਂ ਨੇ, ਪਹਿਲੋਂ ਜਿਹੜੇ ਪਹਿਲੋਂ ਪ੍ਰਿੰਸੀਪਲ ਰਹੇ ਹੁਣ ਤੁਸੀਂ ਮੌਜੂਦਾ ਹੋ, ਇਸ ਬੱਚਿਆਂ ਦੀ ਪ੍ਰਾਪਤੀ ਬਾਰੇ ਕੀ ਕਹਿਣਾ ਚਾਹੋਗੇ? ਖਾਸ ਤੌਰ 'ਤੇ ਮੈਂ ਨਾਲੇ ਵੀ ਗੱਲ ਐਡ ਕਰਦਾ, ਜਿਹੜੇ ਸਕੂਲ ਦੀ ਇਸ ਵਿਲੱਖਣਤਾ ਇਹ ਹੈ ਕਿ ਖੂਬਸੂਰਤੀ ਹੈ ਕਿ ਬੜਾ ਵਧੀਆ ਪਾਰਕ ਬਣਿਆ ਹੋਇਆ, ਸਕੂਲ ਨੂੰ ਬੜੇ ਵਧੀਆ ਤਰੀਕੇ ਨਾਲ ਸਜਾਇਆ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਜੀ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਔਰ ਇਹਨਾਂ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਇਸ ਕਸਬੇ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾਂ, ਔਰ ਇਹਨਾਂ ਬੱਚਿਆਂ ਦੇ ਪਿੱਛੇ ਜਿਵੇਂ ਬੱਚਿਆਂ ਨੇ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੇਰੇ ਕੋਲ ਟੀਮ ਹੈ ਜਿਹੜੀ ਬਹੁਤ ਵਧੀਆ, ਔਰ ਇਹ ਟੀਮ ਜਿਹੜੀ ਹੈ ਰਾਤ ਦਿਨ ਮਿਹਨਤ ਕਰਦੀ ਹੈ, ਬੱਚਿਆਂ ਦਾ ਇੱਕ ਛੋਟਾ ਛੋਟੀ ਜਿਹੜੀ ਗੱਲ ਹੈ ਬੱਚਿਆਂ ਦੀ ਨੋਟ ਕਰਕੇ ਰੱਖਦੇ ਆ ਕਿ ਕਿਹੜੇ ਬੱਚੇ ਨੂੰ ਕਿੱਥੇ ਕਿਸ ਸਮੇਂ ਕਿਹੜੀ ਜ਼ਰੂਰਤ ਹੈ, ਉਹ ਜ਼ਰੂਰਤ ਨੂੰ ਦੇਖਦੇ ਹੋਏ ਇਹਨਾਂ ਨੂੰ ਗਾਈਡ ਕਰਦੇ ਆ, ਔਰ ਇਹਨਾਂ ਬੱਚਿਆਂ ਇਹਨਾਂ ਟੀਚਰਸ ਦੀ ਮਿਹਨਤ ਹੈ, ਇਹਨਾਂ ਬੱਚਿਆਂ ਦੀ ਮਿਹਨਤ ਹੈ ਕਿ ਜਿਹੜੇ ਬੱਚੇ ਮੈਰਿਜ 'ਚ ਆਏ। ਹਾਂਜੀ, ਅੱਗੇ ਵੀ ਜਦੋਂ ਲਗਾਤਾਰ ਜਾਰੀ ਰਹਿਣਗੇ ਜੀ? ਬਿਲਕੁਲ, ਇਹ ਤਾਂ ਦੇਖੋ ਰੁਕਣਾ ਤਾਂ ਇਸ ਟੀਮ ਦਾ ਇੱਕ ਮੋਟਿਵ ਹੈ ਕਿ ਅਸੀਂ ਰੁਕਣਾ ਨਹੀਂ ਹੈ, ਅੱਗੇ ਵੱਧਦੇ ਰਹਿਣਾ, ਅੱਗੇ ਚੱਲਦੇ ਰਹਿਣਾ। ਜਿਵੇਂ ਕਿ ਮੈਂ ਪਹਿਲਾਂ ਵੀ ਤੁਸੀਂ ਜਾਣਦੇ ਹੋ ਕਿ 2019 ਤੋਂ ਅਸੀਂ ਲਗਾਤਾਰ ਮੈਰਿਟਸ ਲੈ ਰਹੇ ਹਾਂ, ਪਹਿਲਾਂ 2 ਆਈਆਂ ਸੀ, ਫਿਰ ਇੱਕ, ਫਿਰ ਇੱਕ, ਫਿਰ ਇੱਕ,
ਤੋ ਸੁਪਨਾ ਸੀਗਾ ਵੀ ਨਹੀਂ ਹੁਣ ਫਿਰ ਕਿਤੇ ਇੱਕ ਦਾ ਜਿਹੜਾ ਹੈਗਾ ਜਿਹਨੂੰ ਕੱਲ ਕਹਿੰਦੇ ਉਹ ਭੰਨਿਆ ਜਾਏ ਵਾਧਾਨ ਤੋ ਇਹਨਾਂ ਬੱਚਿਆਂ ਨੇ ਸਾਡਾ ਉਹ ਸੁਪਨਾ ਪੂਰਾ ਕਰਤਾ ਜਦੋਂ ਤਿੰਨ ਮੈਰਿਜ ਆਈਆਂ ਸੋ ਵੀ ਆਰ ਵੈਰੀ ਹੈਪੀ ਬਹੁਤ ਖੁਸ਼ ਹੈਗੇ ਹਾਂ ਅਸੀਂ ਔਰ ਥੈਂਕਸ ਟੂ ਅਗੇਨ ਆਈ ਵਿਲ ਸੇ ਥੈਂਕਸ ਟੂ ਦਾ ਟੀਮ ਮੱਲਾ ਵਾਲਾ ਕਾਸ ਕਿਉਂਕਿ ਇਹ ਟੀਮ ਇਕੱਲਾ ਪ੍ਰਿੰਸੀਪਲ ਵੀ ਕੁਛ ਨਹੀਂ ਕਰ ਸਕਦਾ ਇਕੱਲੇ ਸਟੂਡੈਂਟਸ ਵੀ ਕੁਛ ਨਹੀਂ ਕਰ ਸਕਦੇ ਇਹ ਟੀਮ ਐਫਰਟ ਹੈ ਮੇਰੀ ਟੀਮ ਬਹੁਤ ਵਧੀਆ ਅੱਛਾ ਪੜ੍ਹਾਉਂਦੇ ਆ ਬੱਚਿਆਂ ਨੂੰ ਗਾਈਡ ਕਰਦੇ ਆ ਔਰ ਸਰਕਾਰ ਬਹੁਤ ਬੱਚਿਆਂ ਦੀ ਐਜੂਕੇਸ਼ਨ ਪ੍ਰਤੀ ਸੀਰੀਅਸ ਹੈਗੀ ਆ ਸਕੂਲ ਨੂੰ ਸਕੂਲ ਆਫ ਐਮੀਨੈਂਸ ਦਾ ਦਰਜਾ ਮਿਲ ਗਿਆ ਸੋ ਹੁਣ ਬੱਚੇ ਇੱਥੇ ਨੀਟ ਦੀ ਜੇਈ ਮੇਨਸ ਦੀ ਕਲੈਟ ਦੀ ਇਹ ਵੀ ਤਿਆਰੀ ਕਰਨਗੇ ਸੋ ਪੰਜਾਬ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਇੱਕ ਵਾਰ ਫਿਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਥੈਂਕਸ ਅਲੋਟ ਜੀ ਮੇਰੇ ਨਾਲ ਇੱਕ ਹੋਰ ਇੱਥੋਂ ਦੇ ਜਿਹੜਾ ਟੀਚਰ ਸਾਹਿਬਾਨ ਮੌਜੂਦ ਨੇ ਵਿੱਚ ਕੀ ਕਹਿਣਾ ਚਾਹੋਗੇ ਇਸ ਪ੍ਰਾਪਤੀ ਬਾਰੇ ਇਹੀ ਕਹਾਂਗੇ ਵੀ ਮਿਹਨਤ ਜਿਹੜੀ ਗੀ ਉਹ ਹਮੇਸ਼ਾ ਰੰਗ ਲੈ ਕੇ ਆਉਂਦੀ ਆ ਬੱਚਿਆਂ ਨੇ ਵੀ ਬਹੁਤ ਮਿਹਨਤ ਕੀਤੀ ਆ ਪੂਰੇ ਸਟਾਫ ਨੇ ਬਹੁਤ ਮਿਹਨਤ ਕਰਵਾਈ ਆ ਪ੍ਰਿੰਸੀਪਲ ਸਰ ਦਾ ਬਹੁਤ ਵੱਡਾ ਯੋਗਦਾਨ ਹੈ ਸਾਨੂੰ ਸਮੇਂ ਸਮੇਂ 'ਤੇ ਗਾਈਡ ਕਰਦੇ ਰਹਿੰਦੇ ਆ ਉਸੇ ਗਾਈਡੈਂਸ ਦਾ ਸਦਕਾ ਵੀ ਅੱਜ ਅਸੀਂ ਇਸ ਪ੍ਰਾਪਤੀ ਤੱਕ ਪਹੁੰਚੇ ਧੰਨਵਾਦ ਜੀ ਵਿੱਚ ਸੋ ਮੇਰੇ ਨਾਲ ਬੱਚਾ ਜਿਹੜਾ ਮਤੋਚ ਕੌਰ ਹੈ ਉਹਦਾ ਉਹਦੇ ਫਾਦਰ ਸਾਹਿਬ ਮੇਰੇ ਨਾਲ ਵੀਰ ਜੀ ਸਤਿ ਸ਼੍ਰੀ ਅਕਾਲ ਔਰ ਵਧਾਈਆਂ ਤੁਹਾਨੂੰ ਜਿਹੜਾ ਬੱਚਾ ਤੁਹਾਡਾ ਮੈਰਿਟ ਦੇ ਵਿੱਚ ਆਇਆ ਅਤੇ ਕੀ ਕਹਿਣਾ ਚਾਹੋਗੇ ਤੁਸੀਂ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਅਤੇ ਕਹਿਣਾ ਇਹੀ ਹੈ ਵੀ ਬੱਚਿਆਂ ਦੀ ਮਿਹਨਤ ਅਤੇ ਖਾਸ ਕਰਕੇ ਅਧਿਆਪਕਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਅਤੇ ਉਹ ਸਾਰਾ ਸਿਹਰਾ ਜਿਹੜਾ ਹੈ ਅਸੀਂ ਤਾਂ ਅਧਿਆਪਕਾਂ ਸਿਰ ਦਿੰਦੇ ਹਾਂ ਵੀ ਉਹਨਾਂ ਦੀ ਮਿਹਨਤ ਸਦਕਾ ਹੀ ਹੈ ਬੱਚੇ ਨੇ ਤਾਂ ਚਲੋ ਜਿਹੜਾ ਉਹਨਾਂ ਗਾਈਡ ਕੀਤਾ ਅਤੇ ਉਹ ਬੱਚਾ ਅੱਗੇ ਫੋਲੋ ਕਰਦਾ ਰਿਹਾ ਅਤੇ ਉਹਦੀ ਪ੍ਰਾਪਤੀ ਬਹੁਤ ਵਧੀਆ ਸਾਨੂੰ ਵੀ ਬਹੁਤ ਖੁਸ਼ੀ ਹੈ ਅਤੇ ਬੱਚੇ ਨੂੰ ਖੁਸ਼ੀ ਹੈਗੀ ਹੈ ਇੱਥੇ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਚਾਹਾਂ ਕਿ ਜਿਹੜਾ ਸਰਦਾਰ ਨਿਰਮਲ ਸਿੰਘ ਜੀ ਇੱਕ ਬਤੌਰ ਇੱਕ ਸਰਕਾਰੀ ਅਧਿਆਪਕ ਨੇ ਔਰ ਇਹਨਾਂ ਨੇ ਮਿਸਿਜ਼ ਉਹ ਵੀ ਇੱਕ ਸਰਕਾਰੀ ਅਧਿਆਪਕ ਹੈ ਆਪਾਂ ਅਕਸਰ ਇਹ ਗੱਲ ਕਰਦੇ ਹਾਂ ਜਿਹੜਾ ਸਾਡਾ ਸਰਕਾਰੀ ਸਿਸਟਮ ਹੈ ਸਰਕਾਰੀ ਪ੍ਰਬੰਧ ਹੈ ਭਾਵੇਂ ਸਰਕਾਰੀ ਸਕੂਲ ਨੇ ਹੋਸਪਿਟਲ ਨੇ ਸਰਕਾਰੀ ਦਫ਼ਤਰ ਨੇ ਉਹਨਾਂ ਵਿੱਚ ਜਿਹੜਾ ਲਗਾਤਾਰ ਨਿਗਾਰ ਆ ਰਿਹਾ ਲੇਕਿਨ ਇਸੇ ਜਿਹੜਾ ਉਹ ਬੱਚਾ ਸਰਕਾਰੀ ਸਕੂਲ ਦਾ ਔਰ ਜਿਹੜੇ ਇਹਨਾਂ ਦੇ ਪੇਰੈਂਟਸ ਨੇ ਬੱਚੇ ਉਹ ਵੀ ਸਰਕਾਰੀ ਸਕੂਲ 'ਚ ਪੜ੍ਹਾ ਰਹੇ ਨੇ ਲਗਾਤਾਰ ਔਰ ਸਰਕਾਰੀ ਸਕੂਲ ਦੀਆਂ ਲਗਾਤਾਰ ਜਿਹੜੀਆਂ ਮੈਰਿਟਾਂ ਆ ਰਹੀਆਂ ਨੇ ਸੋ ਬੜੀ ਚੰਗੀ ਗੱਲ ਹੈ ਆਪਾਂ ਜਿਹੜਾ ਨੈਟਿਵ ਜਿਹੜਾ ਆਮ ਤੌਰ 'ਤੇ ਸਿਰਜਿਆ ਜਾਂਦਾ ਹੈ ਜਿਹੜਾ ਹੋਰ ਇਹੋ ਜਿਹੀਆਂ ਚੀਜ਼ਾਂ ਕਿਹੜਾ ਸਰਕਾਰੀ ਸਿਸਟਮ ਫੇਲ ਹੋ ਰਿਹਾ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰੀ ਸਿਸਟਮ ਨਾ ਅਸੀਂ ਸਰਕਾਰੀ ਨੂੰ ਆਪਦਾ ਨਹੀਂ ਗਿਣਦੇ ਵੀ ਅਸੀਂ ਗਿਣਦੇ ਵੀ ਸਰਕਾਰ ਦਾ ਹੈ ਵੀ ਮੰਨ ਲਓ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੈ ਜਾਂ ਪ੍ਰਧਾਨ ਮੰਤਰੀ ਮੋਦੀ ਹੈ ਉਹਦੀ ਜ਼ਿੰਮੇਵਾਰੀ ਹੈ ਹਾਲਾਂਕਿ ਸਰਕਾਰੀ ਸਿਸਟਮ ਸਾਡਾ ਆਪਦਾ ਹੈ ਸਾਰਿਆਂ ਦਾ ਸਾਡੇ ਸਾਰਿਆਂ ਦੇ ਟੈਕਸ ਨਾਲ ਉਹ ਆਮਦਨ ਆਉਂਦੀ ਹੈ ਜਿਹਦੇ ਤੋਂ ਇਹ ਸਾਰਾ ਸਿਸਟਮ ਚੱਲ ਰਿਹਾ ਹੈ ਨਾ ਜੇ ਅਸੀਂ ਇਹਨੂੰ ਆਪਦਾ ਗਿਣਨ ਲੱਗ ਜਾਈਏ ਤਾਂ ਫਿਰ ਸਾਰਿਆਂ ਨਾਲੋਂ ਵਧੀਆ ਸਿਸਟਮ ਇਹ ਆ ਜੇ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ 'ਤੇ ਮਾੜਾ ਮੋਟਾ ਕੋਈ ਸਵਾਲੀਆ ਚਿੰਨੇ ਤਾਂ ਉਹ ਸਿਰਫ ਇਸ ਕਰਕੇ ਹੈ ਵੀ ਇੱਥੇ ਮੈਂ ਹੁਣ ਪ੍ਰਾਇਮਰੀ ਸਕੂਲ 'ਚ ਆ ਨਾ ਅਤੇ ਕਈ ਵਾਰੀ ਨਾ ਸਾਨੂੰ ਮਾਂ ਪਿਓ ਘਰੋਂ ਫੋਨ ਕਰ ਦਿੰਦੇ ਆ ਵੀ ਮਾਸਟਰ ਜੀ ਆ ਜਵਾਕ ਸਾਡਾ ਵਿਹਰਿਆ ਬੈਠਿਆ ਨੂੰ ਘਰੋਂ ਦੇ ਜਵਾਕ ਬਿਲਕੁਲ ਜੀ ਅਤੇ ਜਿਹਨਾਂ ਦੇ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਆ ਉਹਨਾਂ ਨੇ ਕਦੇ ਕੀਤਾ ਕਿਸੇ ਨੂੰ ਬਿਲਕੁਲ ਹੈ ਨਾ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਪ੍ਰਾਈਵੇਟ ਸਕੂਲ ਮਾੜੇ ਆ ਉਹ ਵੀ ਮਿਹਨਤ ਕਰੀ ਜਾਂਦੇ ਵਧੀਆ ਉਹਨਾਂ ਨੇ ਅਖੀਰ ਨੂੰ ਤਾਂ ਆਪਾਂ ਉੱਥੇ ਜਾਂਦੇ ਹਾਂ ਅਤੇ ਤਾਂ ਹੀ ਉਹ ਆਪਣੇ ਤੋਂ ਫੀਸ ਲੈਂਦੇ ਆ ਪਰ ਇਹਦੇ 'ਚ ਕੀ ਹੈ ਵੀ ਜੇ ਅਸੀਂ ਇਹਨਾਂ ਪ੍ਰਤੀ ਆਪਣੱਤ ਬਣਾ ਲਈਏ ਵੀ ਸਾਡੇ ਹੀ ਬੱਚੇ ਪੜ੍ਹਦੇ ਸਾਡੇ ਸਕੂਲ ਅਤੇ ਸਾਡੇ ਹੀ ਪੈਸੇ ਨਾਲ ਚੱਲਣੇ ਆ ਅਤੇ ਅਸੀਂ ਜੇ ਫਿਰ ਉਹਨਾਂ ਕੁ ਗਿਣੀਏ ਤਾਂ ਫਿਰ ਵਧੀਆ ਹੋ ਸਕਦੇ ਆ ਪਹਿਲਾਂ ਨਾਲੋਂ ਸਕੂਲਾਂ ਦਾ ਲੈਵਲ ਬਹੁਤ ਜ਼ਿਆਦਾ ਵਧਿਆ ਹੈ ਵਿਚਾਲੇ ਜੇ ਸਰਕਾਰਾਂ ਨੇ ਬਿਲਕੁਲ ਅਣਗਹਿਲੀ ਕਰਤੀ ਸੀ ਵੀ ਇਹਨੂੰ ਬੇਲੋੜਾ ਸਮਝ ਲਿਆ ਸੀ ਪਰ ਹੁਣ ਪਿਛਲੇ ਕੁਛ ਸਮੇਂ ਤੋਂ ਪਿਛਲੀ ਸਰਕਾਰ ਨੇ ਵੀ ਇਹਦੇ 'ਚ ਯਤਨ ਕੀਤੇ ਸੀ ਅਤੇ ਹੁਣ ਵਾਲੀ ਵੀ ਕਰ ਰਹੀ ਹੈ ਬਹੁਤ ਵਧੀਆ ਸੁਧਾਰ ਹੋਇਆ ਪਰ ਜੇ ਲੋਕ ਇਹਨਾਂ ਨੂੰ ਆਪਦਾ ਗਿਣਨ ਲੱਗ ਜਾਣ ਤਾਂ ਫਿਰ ਮੈਨੂੰ ਲੱਗਦਾ ਨਹੀਂ ਵੀ ਪ੍ਰਾਈਵੇਟ ਸਕੂਲਾਂ 'ਚ ਤੁਹਾਨੂੰ ਫੀਸ ਭਰਨ ਦੀ ਲੋੜ ਹੈਗੀ ਬਿਲਕੁਲ ਜੀ ਜਿਹੜਾ ਬੱਚਾ ਆਪਣਾ ਮੈਰਿਟ 'ਚ ਆਇਆ ਆਪਾਂ ਵਿਸ਼ੇ 'ਤੇ ਆਉਂਦੇ ਹਾਂ ਅਤੇ ਕੀ ਮੈਸੇਜ ਕੀ ਦੇਣਾ ਚਾਹੋਗੇ ਉਹਨਾਂ ਮਾਪਿਆਂ ਨੂੰ ਜਾਂ ਤੁਸੀਂ ਸਰਕਾਰੀ ਇੱਕ ਟੀਚਰ ਵੀ ਹੈਗੇ ਹੋ ਇੱਕ ਜਿਹੜਾ ਇੱਕ ਪ੍ਰਬੰਧ ਦੇ ਵਿੱਚ ਮੈਸੇਜ ਕੀ ਦੇਣਾ ਚਾਹੋਗੇ ਖਾਸ ਤੌਰ 'ਤੇ ਬੱਚਿਆਂ ਨੂੰ ਔਰ ਬੱਚਿਆਂ ਦੇ ਜਿਹੜੇ ਪਿਤਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਭ ਤੋਂ ਵੱਡੀ ਗੱਲ ਤਾਂ ਹੈ ਨਾ ਵੀ ਕਈ ਵਾਰੀ ਹੁਣ ਜਿਵੇਂ ਮੇਰੇ ਕੋਲ ਵੀ ਜਿਹੜੇ ਬੱਚੇ ਪੜ੍ਹਦੇ ਆ ਮਾਂ ਪਿਓ ਆਉਂਦੇ ਉਹ ਕਹਿੰਦੇ ਜੀ ਸਾਨੂੰ ਤਾਂ ਆਪ ਨੂੰ ਅਸੀਂ ਤੁਹਾਨੂੰ ਪੜ੍ਹੇ ਹਾਂ ਜਾਂ ਅਸੀਂ ਤਾਂ ਬਹੁਤੇ ਪੜ੍ਹੇ ਲਿਖੇ ਨਹੀਂ ਬਹੁਤਾ ਨਹੀਂ ਜੋ ਲੋੜ ਹੁੰਦੀ ਵੀ ਬੱਚੇ ਦਾ ਤੁਸੀਂ ਕਾਪੀਆਂ ਚੈੱਕ ਕਰਨੀਆਂ ਜਾਂ ਉਹਨੂੰ ਸਵਾਲ ਕਰਾਉਣੇ ਆ ਤੁਸੀਂ ਬੱਚੇ ਨੂੰ ਬਿਠਾ ਤਾਂ ਸਕਦੇ ਹਾਂ ਆਪਾਂ ਕੋਲੇ ਬਿਠਾ ਲਓ ਉਹਨੂੰ ਕਹੋ ਵੀ ਬਹਿ ਜਾ ਵੀ ਤੈਨੂੰ ਜਿਹੜਾ ਕੰਮ ਮਿਲਿਆ ਉਹ ਕਰ ਲਾ ਜਾਂ ਘੰਟਾ ਦੋ ਘੰਟੇ ਜਿੰਨਾ ਵੀ ਬਹੁਤੀ ਵਾਰੀ ਸਮੱਸਿਆ ਜਿਹੜੀ ਵੱਡੀ ਅੱਜ ਕੱਲ੍ਹ ਆ ਰਹੀ ਵੀ ਮਾਵਾਂ ਨਾ ਬੱਚੇ ਨੂੰ ਮੋਬਾਈਲ ਫੜਾਉਂਦੀਆਂ ਵੀ ਚੱਲ ਆਪਣੇ ਮਗਰੋਂ ਲੱਥਾ ਇਹ ਇਹ ਆਪੇ ਉੱਥੇ ਗੇਮਾਂ ਖੇਡੀ ਜਾਵੇ ਵੀਡੀਓ ਵੇਖੀ ਜਾਵੇ ਵੀ ਮੇਰਾ ਸਿਰ ਨਹੀਂ ਖਾਂਦਾ ਹੈ ਪਰ ਉਹ ਚੀਜ਼ ਬੱਚੇ ਦਾ
जिथे पहली गल तो उहदी अखां खराब करी जांदा फिर उहदा टाइम खराब करी जांदी फिर उहदे सोचण दी जिहड़ी शक्ति उहनूं खतम करी जांदी भी ऐं भी कोई जरूरी नहीं भी तुसीं उहनूं हाथी ना लाउण दिओ जवाक नूं कोई उहदा इक टाइम रख लो कोई 10 मिंट 20 मिंट अद्धा घंटा उहनूं झट उहने आपदा मन परचावा कर लिया उहदूं बाद उहनूं पढ़ाई वाले पासे नूं आपां लिआईए है औखा काम इह जवाक तों मोबाइल छड़ा के किताब फड़ाउणी औखा काम जरूर है पर जे आपां लगातार इहदे ते ध्यान रखीए ਤਾਂ ਇਹ ਇੱਕ ਬਹੁਤ ਲੋੜੀਂਦਾ ਕਰਨ ਵਾਲਾ ਕੰਮ ਆ ਸਾਡੇ ਕੋਲ ਇੱਥੇ ਵੀ ਸਾਡੇ ਹੁਣ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚੇ ਸਾਡੇ ਕੋਲ ਉਹਨਾਂ ਦੀਆਂ ਮਾਵਾਂ ਵੀ ਆਉਂਦੀਆਂ ਵੀ ਘਰੇ ਜਾ ਕੇ ਮੋਬਾਈਲ ਨਹੀਂ ਛੱਡਦਾ ਮੈਂ ਜੀ ਤੁਸੀਂ ਮੋਬਾਈਲ ਨਾ ਦਿਓ ਇਹਨੂੰ ਛੱਡਦਾ ਕਿਉਂ ਨਹੀਂ ਜਾਂ ਉਹ ਸਾਨੂੰ ਕਹਿਣਗੇ ਵੀ ਇਹਨੂੰ ਕਹੋ ਤੁਸੀਂ ਵੀ ਜਦੋਂ ਤੁਸੀਂ ਜਾਂਦੇ ਨੂੰ ਫੜਾ ਦਿੰਦੇ ਜੇ ਸਾਡਾ ਕਿਹਾ ਉੱਥੇ ਕੀ ਕਰੂਗਾ ਵੀ ਇਹੀ ਇਹ ਵੱਡੀ ਗੱਲ ਜਦੋਂ ਬੱਚਾ ਸਕੂਲ 'ਚ 6 ਘੰਟੇ ਰਹਿੰਦਾ ਉਹਦੇ 'ਚ ਅੱਧੀ ਛੁੱਟੀ ਉਹਦੇ 'ਚ ਸਾਰਾ ਕੁਛ ਹੈ ਨਾ ਅਤੇ ਉਦੋਂ ਬਿਨਾਂ 24 ਘੰਟਿਆਂ 'ਚੋਂ ਬਾਕੀ ਜਿਹੜੇ 18 ਘੰਟੇ ਆ ਉਹ ਤਾਂ ਮਾਂ ਪਿਓ ਕੋਲ ਹੀ ਆ ਨਾ ਜੇ ਉਹ 18 'ਚ ਨਾ ਕੇਅਰ ਕਰਨਗੇ 6 ਦਾ ਕੋਈ ਫਾਇਦਾ ਹੋਣਾ ਨਹੀਂ ਬਿਲਕੁਲ ਜੇ ਉਹਨਾਂ 18 'ਚੋਂ ਤੁਸੀਂ 3-4 ਘੰਟੇ ਵੀ ਜਵਾਕ ਦੇ ਧਿਆਨ ਦੇ ਦਿਓ ਹੋਮਵਰਕ ਬੱਚਿਆਂ ਦਾ ਸਹੀ ਤਰੀਕੇ ਨਾਲ ਹੋ ਜਾਏ ਹੋਮਵਰਕ ਹਾਂ ਜਿਹੜਾ ਵੀ ਕੰਮ ਵੀ ਕੁਛ ਨਾ ਕੁਛ ਤਾਂ ਉਹ ਕਾਪੀ ਕਿਤਾਬ ਖੋਲਣਗੇ ਵੇਖਣਗੇ ਨਾ ਅੱਖਰ ਲਿਖਣਗੇ ਪੜ੍ਹਨਗੇ ਕੁਛ ਨਾ ਕੁਛ ਤਾਂ ਕਰਨਗੇ ਤਾਂ ਉਹਦੇ ਨਾਲ ਉਹ ਜਿਹੜਾ ਹੋਊਗਾ ਇਹ ਬੜੀ ਸਾਨੂੰ ਖੁਸ਼ੀ ਦੀ ਗੱਲ ਹੈ ਵੀ ਇੱਥੇ ਹੀ ਸਾਡੇ ਕੋਲ ਪੜ੍ਹ ਕੇ ਗਈਆਂ ਕੁੜੀਆਂ ਦੋਵੇਂ ਤੋਂ ਪਹਿਲੇ ਸਾਲਾਂ 'ਚ ਇਸੇ ਸ਼ਹੀਦ ਸੁਖਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਮੱਲਾਂਵਾਲਾ ਦੇ ਵਿੱਚੋਂ ਮੈਟ ਦੇ ਵਿੱਚ +2 'ਚ ਆਈਆਂ ਜਿਹੜੀਆਂ ਸਾਡੇ ਕੋਲ 5ਵੀਂ ਕਰਕੇ ਗਈਆਂ ਅਤੇ ਉਹਨਾਂ 'ਚੋਂ ਇੱਕ ਕੁੜੀ ਹੁਣ ਟੀਚਰ ਉਹਨੇ ਕੋਰਸ ਕਰ ਲਿਆ ਨੈਕਸਟ ਜਦੋਂ ਵੀ ਕਿਤੇ ਵੈਕੈਂਸੀ ਆਈਆਂ ਤੁਹਾਨੂੰ ਜੋਬ ਮਿਲ ਜੂਗੀ ਠੀਕ ਹੈ ਅਤੇ ਐਂ ਨਹੀਂ ਕੋਈ ਬਹੁਤ ਗਰੀਬ ਘਰ ਦੀ ਕੁੜੀ ਸੀ ਚਲੋ ਅਸੀਂ ਤਾਂ ਆਪਾਂ ਇਹ ਕਹਿ ਸਕਦੇ ਵੀ ਅਸੀਂ ਆਪ ਪੜ੍ਹੇ ਲਿਖੇ ਜਾਂ ਆਪਾਂ ਧਿਆਨ ਦੇ ਸਕਦੇ ਉਹਦੇ ਮਾਂ ਪਿਓ ਵੀ ਬਿਲਕੁਲ ਅਨਪੜ੍ਹ ਸੀ ਪਰ ਜੇ ਉਹਨਾਂ ਨੇ ਸਿਰਫ ਫੋਕਸ ਰੱਖਿਆ ਵੀ ਬੱਚੇ ਦੀ ਪੜ੍ਹਾਈ 'ਤੇ ਧਿਆਨ ਦੇਣਾ ਹੈ ਕੋਈ ਪੜ੍ਹਾਉਣਾ ਨਹੀਂ ਜ਼ਰੂਰੀ ਵੀ ਮਾਂ ਪਿਓ ਪੜ੍ਹਾਵੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਬਸ ਸਿਰਫ ਉਹਦਾ ਧਿਆਨ ਰੱਖੇ ਵੀ ਬੱਚਾ ਪੜ੍ਹਦਾ ਜਿਹਨੂੰ ਕੰਮ ਮਿਲਿਆ ਉਹਨੇ ਕੀਤਾ ਸਕੂਲ ਵਾਲਿਆਂ ਤੋਂ ਪੁੱਛਦਾ ਰਹੇ ਵੀ ਇਹਦਾ ਕੀ ਫੀਡਬੈਕ ਹੈ ਜਿੱਥੇ ਉਹਨੂੰ ਕੋਈ ਲੋੜ ਹੈਗੀ ਹੈ ਹੁਣ ਬਹੁਤ ਸਾਰੇ ਪੇਰੈਂਟਸ ਇਹੋ ਜਿਹੇ ਅਸੀਂ ਸਿਨੇਹ ਕਰ ਲਈ ਜਾਂਦੇ ਅਤੇ ਉਹ ਆਉਂਦੇ ਨਹੀਂ ਸਕੂਲ ਆਉਂਦੇ ਬਿਲਕੁਲ ਪੇਰੈਂਟਸ ਮੀਟਿੰਗ 'ਤੇ ਆਉਂਦੇ ਨਹੀਂ ਵੈਸੇ ਕਿਸੇ ਵੀ ਨਹੀਂ ਕਿਵੇਂ ਵੀ ਨਹੀਂ ਆਉਂਦੇ ਕਿਸੇ ਮਿੰਟ ਦੇ ਨਹੀਂ ਆਉਂਦੇ ਜੇ ਫੋਨ ਕਰ ਲਈਏ ਫੋਨ ਉਹਨਾਂ ਨੂੰ ਹੁੰਦਾ ਵੀ ਮਾਸਟਰ ਨੇ ਕੋਈ ਲਾਂਭਾ ਦੇਣਾ ਉਹਨੇ ਅਤੇ ਇਹ ਐਂ ਵੀ ਇਹ ਸਾਂਝਾ ਜਿਹਾ ਮਸਲਾ ਹੈ ਬਿਲਕੁਲ ਜੀ ਟੀਚਰ ਅਤੇ ਪੇਰੈਂਟਸ ਰਲ ਕੇ ਜਵਾਕ ਬਾਰੇ ਜਿਹੜਾ ਕੋਈ ਮਸਲਾ ਹੈਗਾ ਉਹ ਹੱਲ ਕਰ ਸਕਦੇ ਅਤੇ ਬਸ ਇਹੀ ਹੈ ਵੀ ਸਕੂਲਾਂ ਨੂੰ ਆਪਦਾ ਗਿਣੀਏ ਪਹਿਲਾਂ ਤਾਂ ਫਿਰ ਬੱਚੇ ਨੂੰ ਉਹਦੀ ਉਹਦੇ 'ਚ ਵੱਡਾ ਹਿੱਸਾ ਹੈ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਹੜੀਆਂ ਜਵਾਕ ਦੀ ਜ਼ਿੰਦਗੀ ਦੇ ਵਿੱਚ ਲੰਮੇ ਸਮੇਂ ਦਾ ਅਸਰ ਪਾਉਂਦੀਆਂ ਜੇ ਆਪਾਂ ਆਪਸ ਵਿੱਚ ਇਨ ਟੱਚ ਰਹਾਂਗੇ ਟੀਚਰਾਂ ਨਾਲ ਤਾਂ ਉਹ ਜਿਹੜੇ ਮਸਲੇ ਨੇ ਮਾੜੇ ਮੋਟੇ ਉਹ ਹੱਲ ਹੁੰਦੇ ਰਹਿਣਗੇ ਨਾਲ ਸੋ ਅਖੀਰ ਦੇ ਵਿੱਚ ਫਿਰ ਤੁਹਾਡਾ ਚੈਨਲ ਨਾਲ ਜੁੜਨ ਦਾ ਧੰਨਵਾਦ ਔਰ ਮੁਬਾਰਕਾਂ ਵੀ ਤੁਹਾਨੂੰ ਜੀ ਬਹੁਤ ਬਹੁਤ ਸ਼ੁਕਰੀਆ ਜੀ ਇੱਕ ਵਾਰ ਆਪਾਂ ਫਿਰ ਤਸਵੀਰਾਂ ਦਿਖਾ ਦਿੰਦੇ ਹਾਂ ਬੱਚਿਆਂ ਦੇ ਗਲਾਂ ਵਿੱਚ ਮੈਡਲ ਪਾਇਆ ਗਿਆ ਬੱਚਿਆਂ ਨੂੰ ਜਿਹੜਾ ਮਿਠਾਈ ਦੇ ਕੇ ਉਹਨਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਔਰ ਪ੍ਰਿੰਸੀਪਲ ਸਾਹਿਬਾਨ ਵੱਲੋਂ ਵੀ ਅੱਜ ਪੂਰੇ ਕਸਬੇ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਅਸੀਂ ਵੀ ਚੈਨਲ ਵੱਲੋਂ ਇਹ ਦੁਆ ਕਰਾਂਗੇ ਕਿ ਜਿਹੜੇ ਸਾਡੇ ਇਲਾਕੇ ਦੇ ਜਿਹੜੇ ਕਸਬੇ ਦੇ ਸਕੂਲ ਦੇ ਬੱਚੇ ਆ ਹਮੇਸ਼ਾ ਇਹ ਪ੍ਰਾਪਤੀਆਂ ਕਰਦੇ ਰਹਿਣ ਜਿੰਨੀਆਂ ਵੀ ਮੈਟਾਂ ਅੱਗੇ ਤੋਂ ਵੱਧ ਹਮੇਸ਼ਾ ਮੈਟਾਂ ਆਉਂਦੀਆਂ ਰਹੀਆਂ ਤਾਂ ਅੱਗੇ ਤੋਂ ਵੀ ਅਸੀਂ ਦੁਆਵਾਂ ਕਰਾਂਗੇ ਮੈਟਾਂ ਆਉਂਦੀਆਂ ਰਹਿਣ ਤੁਸੀਂ ਇਸ ਤਰ੍ਹਾਂ ਸਾਡੇ ਚੈਨਲ ਸਾਡੀ ਧਰਤੀ ਸਾਡੇ ਲੋਕ ਨਾਲ ਜੁੜੇ ਰਹੋ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ